रोजाना टाइम्स के नाल मैं तरनदीप सिंह। पंजाब दे विच चोरी दीआं वारदातां आए दिन वधदीआं जा रहीआं ने। परे बाजारां दे विच चोर चोरी की वारदात नूं अंजाम दे के फरार हो जांदे ने। हालांकि हुण तां इह जिहड़े चोर ने घरां दे विच वड़ के हुण चोरी कर रहे ने। सो अजिहा जिहड़ा मामला आया है लुधियाणे दे स्टेशन दा है, जिथे एक चोर चोरी करके फरार हो रहा सी तां लोकां ने गाह पा दिता। इस तों बाद मौके पर पुलिस ने इन चोरों फड़ लिया। इन्हों को 7000 रुपए बरामद किए ने, ते नाल ही 2 बटुए ते एक आधार कार्ड भी फड़िया है। ये चोर से जिहड़े 2 नौजवान यह लुधियाने के रेलवे स्टेशन से चोरी करते, जिस तों बाद इन्हों लुधियाना पुलिस ने गिरफ्तार कर लिया है। इन्हों को 67000 रुपया बरामद होया है। अभियान चलाया लुधियाना पुलिस ने, वड्डी कामयाबी मिली है कि जिहड़ा पीसीआर 1 हैगा जोन विच 1 विच उन्हें जिहड़े है 2 स्नैचर्स फड़े हैं। ये गश्त कर रहे थे रेलवे स्टेशन के कोल, तो इन्होंने देखा कि रेलवे स्टेशन के बाहरों एक जिहड़ा एक यात्री है वो अपने समान नाल निकलता है, तो उहदे कोलों एक मोटरसाइकिल ते 2 बंदे खोह करते हैं। उहदा पर्स चोरी करके जो भजदे हैं तो पीसीआर उन्हें नोटिस करता है, तो उहदा पिछा करते हैं। तो उस तों बाद काफ़ी जद्दोजहद नाल जिहड़ा हैगा वह दोनों मुलजमान यह काबू कर लेंदे ने। उस तों बाद जो पुछगिछ की जाती है तो यह पता लगता है कि ये जिहड़े हैगे ने हैबिचुअल जिहड़े हैगे स्नैचर हैगे ने, तो इन्हां दे खिलाफ़ पहला भी मामले दर्ज ने। जिहड़ा एक दोषी हैगा मनिंदर सिंह ये खिलाफ़ पहला जिहड़ा हैगा NDPS एक्ट के तहत परचा दर्ज है, तो जिहड़ा दूजा दोषी प्रकाश कुमार गुप्ता है ये खिलाफ़ जिहड़ा हैगा ऑलरेडी पहला एक स्नैचिंग का परचा दर्ज है। तो हुण असीं होर भी इन्वेस्टिगेट कर रहे हैं कि इन्होंने होर कीड़ियां स्नैचिंग्स कीतियां। सर एक कीड़ी जगह नूं टारगेट करदे सी जां ਇਹ ਜ਼ਿਆਦਾ ਰੇਲਵੇ ਸਟੇਸ਼ਨ ਦੇ ਏਰੀਆ ਜਿਹੜਾ ਹੈਗਾ ਉੱਥੇ ਜ਼ਿਆਦਾ ਟਾਰਗੇਟ ਕਰਦੇ। ਇਹਨਾਂ ਦਾ ਮੌਕੇ ਤੋਂ ਕੋਈ ਵੈਪਨ ਵਗੈਰਾ ਕੋਈ ਦਾਅਵਾ ਨਹੀਂ? ਮੌਕੇ ਤੋਂ ਵੈਪਨ ਕੋਈ ਨਹੀਂ ਹੈਗਾ, ਇਹ ਖਾਲੀ ਹੱਥ ਸੀਗੇ, ਲੇਕਿਨ ਜਿਹੜਾ ਯਾਤਰੀ ਕੋਈ ਆਉਂਦਾ ਲੱਗਦਾ ਸਮਾਨ ਦੇ ਨਾਲ ਉਹਨੂੰ ਇਹ ਜ਼ਿਆਦਾ ਇਹ ਟਾਰਗੇਟ ਕਰਦੇ। ਸਰ ਇਹ ਅੱਜ ਦਾ ਹੀ ਮਾਮਲਾ ਹੈ? ਇਹ ਬਿਲਕੁਲ ਰੀਸੈਂਟਲੀ ਮਾਮਲਾ ਜਿਹੜਾ ਹੈਗਾ ਸ਼ਾਮ ਦਾ, ਅਤੇ ਬਿਲਕੁਲ ਜਿਵੇਂ ਕਿ ਯਾਤਰੀ ਸਟੇਸ਼ਨ ਤੋਂ ਬਾਹਰ ਨਿਕਲਿਆ ਉਹਦੇ ਨਾਲ ਸਨੈਚਿੰਗ ਹੁੰਦੀ ਹੈ, ਅਤੇ ਵਿਦਇਨ 5 ਮਿੰਟਸ ਜਿਹੜੀ ਹੈਗੀ ਕਿ PCR ਨੇ ਉਹਨੂੰ ਫੜ ਲਿਆ ਸੀ। ਸਾਡੇ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਕਿ ਬਹੁਤ ਸਨੈਚਿੰਗਸ ਹੁੰਦੀਆਂ ਨੇ ਆਪਣੇ, ਅਤੇ ਉਹਨੂੰ ਟਰੇਸ ਵੀ ਪੁਲਿਸ ਕਰਦੀ ਹੈ, ਲੇਕਿਨ ਪਰਟੀਕੁਲਰਲੀ ਅਸੀਂ ਇਹ ਚੀਜ਼ ਕਰ ਰਹੇ ਹਾਂ ਕਿ ਜਿਹੜਾ ਕੁਇਕ ਐਕਸ਼ਨ ਹੈ ਕਿ ਆਪਾਂ ਕਹਿੰਦੇ ਹਾਂ ਕਿ ਪੁਲਿਸ ਬਾਅਦ 'ਚੋਂ ਤਾਂ ਟਰੇਸ ਕਰਦੀ ਹੈ ਕਿ ਜਿਹੜਾ ਵਿਦਇਨ 5 ਮਿੰਟਸ ਹੈ ਕਿ ਜਿਹੜਾ ਸਨੈਚਰ ਵਾਰਦਾਤਾਂ ਨੂੰ ਟਰੇਸ ਵੀ ਕਰ ਰਹੇ ਨੇ, ਵਿਦਇਨ 5 ਮਿੰਟਸ ਮੌਕੇ 'ਤੇ ਜਿਹੜਾ ਹੈਗਾ ਸਨੈਚਰ ਉਹਨੂੰ ਫੜ ਵੀ ਲਿਆ ਜਾਵੇ। CCTV ਫੁਟੇਜ ਕੈਮਰਾ ਲੱਗੇ ਹੋਣਗੇ ਤੇ ਇਹਨਾਂ ਦੇ ਭੱਜਦੇ ਦੇ ਤੋਂ ਹੋਣਗੇ ਸ਼ੋਟ? ਉਹ ਅਸੀਂ ਹੁਣ ਅੱਗੇ ਜਿਹੜਾ ਹੈਗਾ ਕੱਢਾਂਗੇ, ਪਹਿਲਾਂ ਤਾਂ ਅਸੀਂ ਹਲੇ ਇਮੀਡੀਏਟਲੀ ਜਿਹੜਾ ਕਾਬੂ ਕਰਕੇ ਥਾਣੇ ਲੈ ਕੇ, ਅਸੀਂ ਆਲਰੇਡੀ ਜਿਹੜਾ ਡਿਵੀਜ਼ਨ ਨੰਬਰ 1 ਇੱਕ ਹੈਗਾ ਜਿਹੜਾ ਉੱਥੇ ਕੇਸ ਰਜਿਸਟਰ ਜਿਹੜਾ ਹੈਗਾ ਇਹਨਾਂ ਦੇ ਖਿਲਾਫ਼ ਕੀਤਾ ਹੈਗਾ ਅੰਡਰ ਸੈਕਸ਼ਨ 379B, ਅਤੇ ਬਾਕੀ ਉਹਨਾਂ ਦਾ ਪੁਰਾਣਾ ਰਿਕਾਰਡ ਅਤੇ ਹੋਰ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਕਿ ਹੋਰ ਕਿਹੜੀਆਂ ਸਨੈਚਿੰਗਸ ਇਹਨਾਂ ਨੇ ਜਿਹੜੀਆਂ ਹੈਗੀਆਂ ਕੀਤੀਆਂ। ਸਰ ਇਹਨਾਂ ਕੋਲੋਂ ਯਾਤਰੀ ਨੇ ਇਹਨਾਂ ਕੋਲੋਂ ਇਹਨਾਂ ਨੇ ਕੀ ਖੋਇਆ ਸੀ ਦੋਸਤੋ? ਇਹਨਾਂ ਨੇ ਉਹਦਾ ਜਿਹੜਾ ਪਰਸ ਖੋਇਆ ਸੀਗਾ ਜਿਹਦੇ ਵਿੱਚ ਤਕਰੀਬਨ 6500 ਰੁਪਇਆ ਸੀਗਾ, ਉਹ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ। ਸਰ ਕਮਿਸ਼ਨਰ ਨੇ ਕੁਝ ਕੰਪਲੀਮੈਂਟ ਦਿੱਤੇ ਨੇ? ਬਿਲਕੁਲ, ਇਹਦੇ ਵਿੱਚ ਜਿਹੜਾ ਹੈਗਾ CP ਸਾਹਿਬ ਦੇ ਜਦੋਂ ਅਸੀਂ ਨੌਲੇਜ ਲਿਆਂਦਾ ਤਾਂ ਉਹਨਾਂ ਨੇ ਬਹੁਤ ਇਹਨਾਂ ਦੀ ਹੌਸਲਾ ਅਫਜਾਈ ਵਧਾਉਣ ਲਈ ਅਤੇ ਹੋਰ ਇਹਨਾਂ ਨੂੰ ਮੋਟੀਵੇਟ ਕਰਨ ਲਈ, ਮੋਰਾਲ ਬੂਸਟ ਕਰਨ ਲਈ CC2 ਸਰਟੀਫਿਕੇਟ ਦੋਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਕੀਤਾ, ਨਾਲ ਇਹਨਾਂ ਦੇ ਜਿਹੜੇ ਜ਼ੋਨ ਇੰਚਾਰਜ ਸੀਗੇ ਸਬ ਇੰਸਪੈਕਟਰ ਰਣਜੀਤ ਸਿੰਘ ਇਹਨਾਂ ਨੂੰ, ਅਤੇ ਨਾਲ ਇਹਨਾਂ ਨੂੰ ਕੈਸ਼ ਰਿਵਾਰਡ 'ਤੇ ਇਹਨਾਂ ਨੂੰ 500-500 ਰੁਪਇਆ ਦਿੱਤਾ ਹੈ। ਅਤੇ ਸਰ ਦੇਖਿਆ ਹੋਵੇ ਜਿੱਦਾਂ ਟਾਰਗੇਟ ਪ੍ਰਵਾਸੀ ਲੋਕਾਂ ਨੂੰ ਕੀਤਾ ਜਾਂਦਾ ਕਿ ਇਹਦੇ ਵਿੱਚ ਪੰਜਾਬੀ ਵੀ ਟਾਰਗੇਟ ਹੋ ਜਾਂਦੇ? ਬਿਲਕੁਲ, ਇਹ ਹਰ ਦੇਖਦੇ ਕਿ ਜਿਹੜਾ ਸੌਫਟ ਟਾਰਗੇਟ ਹੈਗਾ ਚਾਹੇ ਉਹ ਪੰਜਾਬੀ ਹੋਵੇ ਚਾਹੇ ਪ੍ਰਵਾਸੀ ਹੋਵੇ, ਇਹ ਜਿਹੜਾ ਯਾਤਰੀ ਹੈਗੇ ਜਿਹੜਾ ਕੋਈ ਰੇਲਵੇ ਸਟੇਸ਼ਨ ਨਿਕਲਦਾ ਸੀ ਉਹਨੂੰ ਇਹ ਕਰਦੇ ਸੀ। ਸਰ ਇੱਧਰ ਦੂਜੇ ਪਾਸੇ ਵੀ ਪ੍ਰਬੰਧ ਕੀਤੇ ਜਾਣਗੇ ਜਿੱਦਾਂ ਸਟੇਡੀਅਮ ਵਾਲੇ ਪਾਸੇ ਜਿੱਦਾਂ ਰਾਤ ਨੂੰ ਕਈ ਪ੍ਰਵਾਸੀ ਲੋਕ ਆਉਂਦੇ ਨੇ ਬੁੜੀਆਂ ਲੁੱਟਾਂ ਹੋਵਾਂਗੇ ਉੱਧਰਲੇ ਪਾਸੇ ਵੀ ਖੋਲ? ਬਿਲਕੁਲ, ਜਿਹੜਾ ਹੈਗਾ ਜੀ ਅਸੀਂ ਪਿਛਲੇ ਤਕਰੀਬਨ 1 ਹਫ਼ਤਾ 1.5 ਹਫ਼ਤੇ ਤੋਂ ਜਿਹੜਾ ਹੈਗਾ PCR ਹੈਗਾ ਇਹਨੂੰ ਐਕਟੀਵੇਟ ਕੀਤਾ ਹੈਗਾ। ਉਹਦੇ ਵਿੱਚ ਅਸੀਂ ਇੱਕ ਵਾਰ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਜਦੋਂ ਅਸੀਂ ਵੈਪਨ ਫੜਿਆ ਸੀਗਾ। ਇਸ ਤੋਂ ਇਲਾਵਾ ਵੀ ਅਸੀਂ ਹੋਰ ਜਿਹੜੀਆਂ ਹੈਗੀਆਂ ਛੋਟੀ ਮੋਟੀ ਜਿਹੜੀਆਂ ਸਨੈਚਿੰਗਸ ਹੈਗੀਆਂ ਜਾਂ ਟਰੇਸ ਕੀਤੀਆਂ ਨੇ PCR ਨੇ,
ਤੇ ਕਈ ਜਿਹੜੇ ਥੈਫਟ ਕੇਸਿਸ ਨੇ ਉਹ ਵੀ ਕੀਤੇ ਨੇ ਤੇ ਚੋਰ ਅਸੀਂ ਫੜ ਕੇ ਵੀ ਥਾਣਿਆਂ ਨੂੰ ਦਿੱਤੇ ਨੇ।